ਕਦੀ ਛੋਟਾ ਘੱਲੂਘਾਰਾ ਕੀਤਾ, ਕਦੀ ਵੱਡਾ, ਕਦੀ 1984 'ਚ ਤੋਪਾਂ ਲੈ ਕੇ ਆਏ ਟੈਂਕ, ਪਰ ਨਹੀਂ ਜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਨਹੀਂ ਤੋੜ ਸਕਿਆ, ਸੌਖਾ ਤਰੀਕਾ ਲੱਭਿਆ ਉਹਨਾਂ। ਕਹਿੰਦੇ ਭਾਈ ਤੇਰੇ ਸਿਰ ਦੇ ਉੱਪਰ ਕੇਸ ਨਹੀਂ, ਤੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੱਸਦਿਆ ਕਰੋ ਨਾਲ ਸਾਧ ਸੰਗਤ ਬੋਲ ਕੇ, ਤੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹ ਸਕਦਾ। ਉਹ ਭਰਾਵਾ ਜਿੰਨੇ ਕੇਸ ਰੱਖੇ ਹੋਏ ਨੇ, ਦਾੜਾ ਰੱਖਿਆ ਅਤੇ ਬਾਣੀ ਪੜ੍ਹ ਰਿਹਾ ਅੱਗੇ ਹੀ, ਜਿਹੜਾ ਪਾਣੀ ਦੇ ਨਾਲ ਰੱਜਿਆ ਹੋਇਆ ਉਹਨੂੰ ਤੁਸੀਂ ਆਖੀ ਜਾਓ ਪਾਣੀ ਹੋਰ ਪਿਆ, ਇਹਨੂੰ ਪਾਣੀ ਹੋਰ ਪਿਆ, ਉਹ ਅੱਗੋਂ ਹੱਥ ਜੋੜੇਗਾ, ਭਾਈ ਮੈਨੂੰ ਪਤਾ ਹੈ, ਮੈਨੂੰ ਪਾਣੀ ਦੀ ਪਹਿਚਾਣ ਹੈ, ਮੈਂ ਪਿਆਸਾ ਨਹੀਂ, ਮੈਂ ਪਾਣੀ ਪੀ ਲਵਾਂਗਾ। ਜਿਹੜਾ ਪਿਆਸਾ ਮਨੁੱਖ ਹੈ, ਪਾਣੀ ਪਿਆਉਣ ਦੀ ਜ਼ਰੂਰਤ ਉਹਨੂੰ ਹੈ। ਹੁਣ ਜਿਹਨੇ ਕੇਸ ਰੱਖੇ ਨੇ, ਬਾਣੀ ਪੜ੍ਹਦਾ, ਗਾਤਰਾ ਪਾਇਆ, ਉਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੁੜਿਆ ਹੋਇਆ ਜੀ। ਅਤੇ ਜਿਹਨੇ ਕੇਸ ਨਹੀਂ ਰੱਖੇ, ਮੈਂ ਤਾਂ ਸਗੋਂ ਗੱਲ ਕਹਿੰਦਾ ਹੁੰਦਾ, ਜਿਹੜਾ ਸ਼ਰਾਬ ਪੀਂਦਾ ਮਨੁੱਖ, ਨਸ਼ਾ ਕਰਦਾ, ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਾਓ ਤੁਸੀਂ, ਵੀ ਭਾਈ ਆਹ ਵੇਖ ਇਹਦੇ ਵਿੱਚ ਕੀ ਲਿਖਿਆ, ਜਿੱਤ ਮਦ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ। ਜਿਹੜੀ ਚੀਜ਼ ਤੂੰ ਪੀਂਦਾ, ਇਸ ਨੂੰ ਪੀਣ ਦੇ ਨਾਲ ਆਪਣੇ ਅਤੇ ਪਰਾਏ ਦੀ ਪਛਾਣ ਰਹਿ ਹੀ ਨਹੀਂ ਜਾਂਦੀ, ਅਤੇ ਉਹ ਜਦੋਂ ਪੜ੍ਹੇਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸਮਝਣ ਲੱਗੇਗੀ ਉਹਨੂੰ, ਬਈ ਮੈਂ ਸਾਰੀ ਉਮਰ ਨਸ਼ਾ ਕਰਦਾ ਰਿਹਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਨਸ਼ੇ ਤੋਂ ਡੱਕਦੀ ਹੈ। ਅਗਲਿਆਂ ਨੂੰ ਪਤਾ ਸੀ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਕ੍ਰਾਂਤੀ ਆਏਗੀ ਇਹਨਾਂ ਦੇ ਵਿੱਚ, ਇਹਨਾਂ ਦੇ ਘਰਾਂ ਦੇ ਵਿੱਚ ਸਾਹਿਬਜ਼ਾਦਾ ਜੀਤ ਸਿੰਘ, ਜੁਝਾਰ ਸਿੰਘ ਵਰਗੇ ਪੈਦਾ ਹੋਣਗੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਹੀ ਨਾ ਦਿਓ ਇਹਨਾਂ ਨੂੰ।